100 ਫਾਲੋਅਰ ਦੇ ਵੀ ਤਾਂ ਘਰ ਦੇ ਵਿੱਚ ਕਿਸੇ ਯੋਗੀ ਦਾ ਸਤਸੰਗ ਨਹੀਂ ਮੇਰੀ ਮੈਂ ਲੁਕੀ ਬਤੂਗੀ ਤੂੰ ਇੱਥੇ ਮੈਂ ਮੇਰੀ ਇਤਨੀ ਮਹੀਨਾ ਮੈਂ ਪੰਨਾ ਇਸ ਕਰਕੇ ਸ਼ੁਕਰਾਨਾ ਇੱਕ ਜੀਵ ਆਪਣੇ ਯਾਰ ਅੱਖਾਂ ਦੇ ਅਸ਼ੂਆਂ ਦੇ ਨਾਲ ਕਿਉਂਕਿ ਮੇਰੀਆਂ ਇੰਨੀਆਂ ਜ਼ਿਆਦਾ ਦੁਨੀਆਂ ਹੋ ਗਈਆਂ ਗੁਰੂ ਜੀ ਨਾਲ ਸ਼ਾਇਦ ਤੁਸੀਂ ਛੋਟਾ ਮਤਲਬ ਦੇਖਿਆ ਨਹੀਂ ਹੋਣਾ ਗਈਆਂ ਛੋਟੇ ਮੰਦਰ ਚ ਕਰੀਬ ਕਰੀਬ 50-60 ਬੰਦੇ ਹੁੰਦੇ ਸੀ ਇੱਕ ਵਾਰ ਮੈਂ ਬੰਬਈ ਜਾ ਰਿਹਾ ਸੀ ਸਾਡਾ ਕੈਂਪ ਲੱਗਿਆ ਤੇ ਫਲਾਈਟ ਕੈਂਸਲ ਹੋ ਗਈ ਇੱਥੇ ਗੁੰਡਾ ਬੜਾ ਸੋਹਣਾ ਰੱਖਾ ਗੁਰਦਾਰ ਅੰਦਰ ਚਹਿਲ ਉਹ ਮੈਨੂੰ ਕਹਿੰਦਾ ਭਾਜੀ ਕੱਲ ਬੜਾ ਅਚੰਭਾ ਹੋਇਆ ਮੈਂ ਕਿਹਾ ਬਈ ਕੀ ਹੋਇਆ ਕਹਿੰਦਾ ਜਿਹੜੇ ਜੱਜ ਸਾਹਿਬ ਨੇ ਤੁਹਾਨੂੰ ਬਰੀ ਕੀਤਾ ਸੀ ਪਟਿਆਲੇ ਕੱਲ ਮੈਂ ਉਹਨੂੰ ਕਿਹਾ ਵੀ ਗੁਰੂ ਜੀ ਕੋਲ ਚੱਲਣਾ ਤੇ ਮੈਨੂੰ ਕਹਿੰਦਾ ਵੀ ਮੈਨੂੰ ਭੁੱਖੋੜੀ ਲੱਗੀ ਹੈ ਯਾਰ ਮੈਂ ਉਸ ਦਿਨ ਜਾਤਾ ਤਾਂ ਮੈਂ ਤਾਂ ਰੋਟੀ ਖਾਣ ਜਾਣੀ ਤੇ ਮੈਂ ਉਹਨੂੰ ਕਿਹਾ ਵੀ ਨਹੀਂ ਆਪਾਂ ਗੁਰੂ ਜੀ ਕੋਲ ਚੱਲਦੇ ਤੇ ਉਹ ਸੋਚਿਆ ਯਾਰ ਜਸਟਿਸ ਅਮਰਵੀਰ ਸਿੰਘ ਉਹ ਅਪੀਲ ਲਾਉਂਦੇ ਦਾ ਉਹ ਬਹਿ ਗਏ ਤੇ ਗੁਰੂ ਜੀ ਦਾ ਆਪਣਾ ਹੀ ਅੰਦਾਜ਼ ਹੁੰਦਾ ਕਹਿੰਦਾ ਗੁਰੂ ਜੀ ਨੇ ਕਿਹਾ ਉਹ ਜੱਜ ਸਾਹਿਬ ਤੂੰ ਉੱਤੇ ਬੱਕੇ ਹੋ ਨਾਂ ਦੀ ਪੜ੍ਹ ਲੈਂਦੀ ਚਮਤਕਾਰ ਹੈ ਤਾਂ ਹੀ ਨਮਸਕਾਰ ਵੇਖੋ ਵੈਸੇ ਤੇ ਕੁਦਰਤ ਹਰ ਇਨਸਾਨ ਤੇ ਹਾਵੀ ਰਹਿੰਦੀ ਹੈ ਪਰ ਯੋਗੀ ਕੁਦਰਤ ਤੋਂ ਉੱਤੇ ਹੋ ਜਾਂਦਾ ਹੈ ਕੁਦਰਤ ਤੇ ਹਾਵੀ ਹੋ ਜਾਂਦਾ ਕਹਿੰਦੇ ਭੁੱਖ ਲੱਗੀ ਹੈ ਤੈਨੂੰ ਜੱਜ ਸਾਹਿਬ ਉਹਨੇ ਪੁੱਲਾ ਜਾ ਹਾਂਜੀ ਕਾਕਾ ਹੋ ਗਿਆ ਫਿਰ ਹੋਇਆ ਗਦਕਾ ਅਨਾਦ ਕੀਤਾ ਤਿੰਨ ਪੌਦੇ ਬਣਾਉਂਦੇ ਉਹਨਾਂ ਦੇ ਉੱਤੇ ਕੜਾ ਪਛਾ ਉਹਨਾਂ ਦੇ ਉੱਤੇ ਕਾਰੇ ਚੜੇ ਐਂ ਕੰਮ ਕਿਆ ਨਹੀਂ ਹੋਏਗਾ ਕਾ ਹਫਤਾ ਭੁੱਖੀ ਲੱਗੇ ਤੇ ਉਹ ਮੈਨੂੰ ਬਾਅਦ ਚ ਮਿਲੇ ਤੇ ਮੈਨੂੰ ਉਹਦੇ ਕਿ ਮੈਂ ਮੇਰੀ ਜ਼ਿੰਦਗੀ ਚ ਇੰਨਾ ਸਵਾਦ ਪਰੌਂਠਾ ਨਹੀਂ ਖਾਧਾ ਲੈ ਪੌਦੇ ਖਾਲੀ ਜਾਂਦੇ ਹਾਂ ਤੇ ਕਹਿੰਦਾ ਇੰਨਾ ਸਵਾਦ ਕਰੇ ਪਰੌਂਠਾ ਨਹੀਂ ਖਾਧਾ ਇਹ ਨਹੀਂ ਕਦੇ ਜ਼ਿੰਦਗੀ ਦੇ ਵਿੱਚ ਮੈਂ ਹੈਰਾਨ ਆ ਯੋਗੀਆਂ ਦਾ ਯੋਗੀ ਆ ਬਦਲੇ ਕੁਛ ਮੰਗਦਾ ਨੀ ਪੈਸੇ ਕਦੇ ਯੋਗ ਜਦੋਂ ਮੰਗੇ ਨੀ ਤੇ ਮੈਨੂੰ ਗੁਜ਼ਾਰ ਕਹਿੰਦਾ ਭਾਜੀ ਚੱਲੋਗੇ ਉੱਥੇ ਅਣਜੀ ਸੋ ਕੇ ਲਾਈਟ ਕੈਂਸਲ ਹੋ ਗਈ ਸੀ ਮੈਂ ਉਹ ਸੋ ਕੇ ਆ ਚੱਲ ਜਾਓ ਦੇਖੀ ਜਾਊਗੀ ਹੁਣ ਵਕਤ 7 ਸਾਲ ਚ ਬਤਾਈਏ ਜਦੋਂ ਮੈਂ ਜਾ ਕੇ ਵੇਖਿਆ ਮੈਨੂੰ ਪਤਾ ਆ ਮੇਰੇ ਤੂੰ ਰਾਹ ਚੱਲਦਾ ਸੀ ਸੁਰਤ ਪਾਓ ਮੈਨੂੰ ਹੀਰੇ ਹੀਰੇ ਆਖੇ ਵੀ ਮੁੰਡਾ ਦਿੰਦਾ ਉਹ ਸਾਸਾ ਨੇ ਇਹ ਜਿਹਾ ਨਹੀਂ ਸੀ ਉਹਦਾ ਉਹ ਚ ਪੜੇ ਪੰਜਾਬੀ ਗਾਣੇ ਜਬਰਦਸਤ ਚੱਲਦੇ ਹੋਏ ਸੀ ਹੈ ਤੇ ਕੰਮ ਹੈ ਇਹ ਯਾਰ ਇਹ ਕਿਹੜੇ 7 ਸਾਲ ਤੇ ਆਇਆ ਵੀ ਕਿਹਾ ਚੱਲਦਾ ਨਿੰਦਾ ਲੱਖਾ ਦਾ ਸੋਏ ਨੂੰ ਹੀਰੇ ਹੀਰੇ ਆਖੇ ਬੰਦਾ ਸਿੰਧੂ ਜਾ ਅੱਜ ਕਹਿ ਰਿਹਾ ਤੈਨੂੰ ਐਸ਼ ਵਿਦ ਕੈਸ਼ ਗੈਸ ਪਾਵਾ ਮੁੱਕ ਗਿਆ ਉਹ ਮੇਰੀ ਐਸ਼ ਨਹੀਂ ਮੁੱਕੀ ਪਤਾ ਵੱਜ ਗਏ ਅੱਜ ਤੱਕ ਮੇਰੀ ਐਸ਼ ਨਹੀਂ ਮੁੱਕੀ ਮੈਂ ਐਸ਼ ਚ ਰਹਿਣਾ ਆਰਾਮ ਚ ਰਹਿਣਾ ਪਰਮਾਨੰਦ ਚ ਰਹਿਣਾ ਅਰੇ ਉਹ ਜੇ ਚਿੰਤਾ ਕਰਨੀ ਹੈ ਤੇ ਅਮੀਰ ਜੀ ਗੁਜਰੇ ਵਕਤ ਜੀ ਰਾਹ ਕਰੋ ਉਧਰ ਗਿਆ ਤੇ ਜੇ ਵਿਚਿਤ ਰਹਿਣਾ ਵਿਆਪੂ ਰਹਿਣਾ ਤੇ ਕੱਲ ਦੀ ਸੋਚ ਕੇ ਨਹੀਂ ਤੇ ਗੁਜਰਣਾ ਤੇਰੇ ਤੇ ਮੂੰਹ ਵੱਲ ਹੋਵੇ ਔਰ ਸਾਰਾ ਕੁਛ ਤੂੰ ਸਦਾ ਖੁਸ਼ ਹੋਆ ਤੇ ਫਿਰ ਅੱਜ ਜੀ ਤੇ ਗਾਣਾ ਸੁਣ ਨਾਲ ਹੀ ਗਾਣਾ ਵਜਿਆ ਠਾਹ ਕਰਦਾ ਆ ਗਏ ਵੀ ਹੋ ਆਸ਼ਾ ਪੁੱਛਦੇ ਸਿਕਾਮ ਆ ਗਏ ਵੀ ਜਾਣੇ ਨਾ ਤੂੰ ਨਾ ਕੁਛ ਵੀ ਜਾਣੇ ਨਾ ਤੂੰ ਰੋ ਵੀ ਹੈ ਬਸ ਇਹੀ ਹੈ ਪਾਕਣ ਬਗੈਰ ਸੁਣਾਵੀ ਉੱਥੇ ਮੇਰੇ ਗਾਣਾ ਦੀ ਬੇਟੀ ਜੋ ਮੈਂ ਕਹਿ ਰਿਹਾ ਉਹ ਮੇਰੇ ਅੰਗੋਂ ਨਹੀਂ ਮੈਂ ਸਾਕਸ਼ਾਤ ਦੇਖਿਆ ਉੱਥੇ ਮੇਰੇ ਘਰ ਗਾਂਧੀ ਜੀ ਬੈਠੇ ਅਰੁਣ ਸ਼ੋਰੀ ਸਾਹਿਬ ਉਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀ ਉਹਨਾਂ ਦੀ ਵਾਈਫ ਬੈਠੀ ਕਿੰਨੇ ਹੋਰ ਲੋਕ ਹੈ ਉੱਠ ਬਈ ਉਹਨਾਂ ਦੀ ਵਾਈਫ ਵੀਲ ਚੇਅਰ ਦੇ ਸੀ ਉਹ ਸਿੱਧੂ ਲੱਡੂ ਕੋ ਆਵੀ ਨੂੰ ਤੇ ਉਹ ਸ਼ੋਰੀ ਸਾਹਿਬ ਤੇ ਉੱਥੇ ਉੱਠੇ ਆਏ ਤੈਨੂੰ ਰੱਖੇ ਕਰ ਉੱਥੇ ਵਾ ਕਿਉਂ ਉੱਠੇ ਐਪੀ ਦੇ ਨੂੰ ਹੋਰ ਪਲਸ ਤੂੰ ਕਿਦਾਂ ਦਾ ਮੁੰਡਾ ਬਗੈਰ ਲੱਡੂ ਕਹਿ ਸਕਦਾ ਮੈਂ ਤਾਂ ਹੀ ਨਹੀਂ ਰਹਿ ਸਕਦਾ ਮੈਂ
ਬਿਲਕੁਲ ਹੀ ਰਹਿੰਦਾ ਹੁੰਦਾ। ਫਿਰ ਉਹਨੂੰ ਸਮਝਾ ਇਹਨੂੰ ਕੋਲ ਕੀ ਕਰਨਾ। ਉਹ ਕਹਿੰਦਾ ਜੀ ਵਾਇਰਸ ਦਾ ਕੀ ਅੱਖਾਂ ਵਿੱਚ ਕੀ ਲੱਡੂ ਬਣਾਇਆ। ਐਪੀ ਲੁੱਟੀ ਤੇਰੀ ਮੁਕਾ ਦਿੰਦੀ। ਉਹ ਜਦੋਂ ਖਾ ਪੂ ਰਿਹਾ ਉਹ ਹੱਥਾਂ ਦੇ ਨਾ ਇਸ ਤਰ੍ਹਾਂ ਤੇ ਬ੍ਰੇਨ ਦਾ ਉਹ ਥੱਲੇ ਚੱਲ ਚੁੱਕਿਆ ਸੀ ਬਿਲਕੁਲ ਬ੍ਰੇਨ ਦੇ ਵਿੱਚ ਉਹ ਦਿੱਤਾ ਪੜ੍ਹੇ। ਉਹ ਪਾਰਕਿੰਸ ਡਿਜ਼ੀਜ਼ ਆਮ ਰੀ ਨੂੰ ਹੋਈ ਗੁੱਸੀ ਪਾਉਂਡ ਪੀਪੂ ਦੀ ਲਾਸਟ ਦਿਨ ਪਾਰਕਿੰਸ ਕਹਿੰਦੇ ਉੱਠ ਬੀਬਾ ਲਾਸਟ ਛੋਰੀ ਸਾਹਿਬ ਦਾ ਮੂੰਹ ਖੁੱਲ੍ਹਦਾ ਖੁੱਲ੍ਹਾ ਰਹਿ ਗਿਆ ਭਾਵ ਮੂੰਹ ਮੱਖੀ ਜਾ ਕੇ ਆ ਜਾਂਦੀ ਉਹਦਾ ਮੂੰਹ ਨੀ ਬੰਦ ਹੋਏ। ਹੈ ਬਿਲਕੁਲ ਤੰਗ ਮਤਲਬ ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਉਹ ਦੇਖਿਆ ਨਹੀਂ। ਫਿਰ ਇੱਕ ਬਜ਼ੁਰਗ ਉਠਾਏ ਉਹਨਾਂ ਦੱਸਿਆ ਕਿ ਮੈਨੂੰ 70 ਤਰ੍ਹਾਂ ਦੇ ਕੈਂਸਰ ਕਿਵੇਂ 70 ਤਰ੍ਹਾਂ ਦੇ। ਔਰ ਮੈਂ ਇਸ ਕਰਕੇ ਕਹਿ ਰਿਹਾ ਵੀ ਮੈਨੂੰ ਇਹਨਾਂ ਨੇ ਦੱਸਿਆ ਵੀ ਜਦੋਂ ਆਖਿਓ ਮੈਂ ਬੜਾ ਖੁਸ਼ ਹੋਇਆ ਕਿ ਇਹਨਾਂ ਨੇ ਮੂਵੀ ਦੇ ਸਿਰ ਦੇ ਉੱਤੇ ਮੂਵੀ ਰਾਹਤ ਨਹੀਂ ਕੁਛ ਕਹੋ ਕਿ ਜਿਹਨਾਂ ਨੇ ਮੂਵੀ ਦੇ ਸਿਰ ਦੇ ਉੱਤੇ ਗੁਰੂ ਜੀ ਰਾਹਤ ਨਹੀਂ ਕਹੋ। ਮੈਂ ਕੁਛ ਇਸ ਕਰਕੇ ਵੀ ਤੁਸੀਂ ਸਾਰੇ ਜਣੇ ਇੱਥੇ ਆਏ ਭੋਗ ਲਾਇਆ ਔਰ ਆਪਾਂ ਸਤਸੰਗ ਦੇ ਨਿਕਲਣੀ ਤੇ ਮੈਂ ਇਸ ਕਰਕੇ ਵੀ ਕਹਿ ਰਿਹਾ ਇਹ ਕੁਛ ਮੈਨੂੰ ਵੀ ਉਹਨਾਂ ਨੇ ਗੱਲਾਂ ਕਹੀਆਂ ਸੀ ਅਜੇ ਪੂਰੀਆਂ ਨਹੀਂ ਕਹੀਆਂ ਪਰ ਉਹ ਪੀੜੀਆਂ ਇਸ ਕਰਕੇ ਨਹੀਂ ਹੋਈਆਂ ਮੇਰੇ ਜ਼ਰੂਰੀਆਂ ਬਹੁਤ ਜ਼ਿਆਦਾ। ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਪੂਰੇ ਆਪਣੇ ਅੰਦਰ ਝਾਕ ਗਿਆ ਕਿ ਉਹ ਸਿਰਦਾਨ ਇਸ ਕਰਕੇ ਸ਼ਾਇਦ ਮੇਰੀਆਂ ਪੁੱਗੀਆਂ ਬਹੁਤ ਜ਼ਿਆਦਾ ਨੇ। ਤੇ ਫਿਰ ਮੈਨੂੰ ਕਹਿੰਦੇ ਇੱਕ ਦਿਨ ਉਹ ਸਿੱਧੂ ਕਹਿੰਦੇ ਤੇ ਹੰਕਾਰ ਹੈ ਫਿਰ ਪਰਮਾਣ ਦੇ ਫਿਰ ਪੈਰ ਘੁੱਟੇਗਾ ਹੈਲੋ ਮਾਤਰ ਵੀ ਉਹ ਵੀ ਹੋ ਚਾਰ ਯੋਗ ਨੇ ਇੱਕ ਸਮਰਥਨ ਦਾ ਯੋਗ ਹੈ ਵੀਰਾ ਭਾਈ ਆਦਿ ਇੱਕ ਰਾਜਯੋਗ ਹੈ ਸਵਾਸਾਂ ਵਾਲਾ ਜਿਹੜਾ ਖੁੱਲਦਾ ਹੈ ਇੱਕ ਕਰਮ ਯੋਗ ਹੈ ਉਹ ਵੀ ਖੁੱਲਦਾ ਹੈ ਤੇ ਇੱਕ ਭਾਪੀ ਯੋਗ ਇਹਦੇ ਪਰਮਾਤਮਾ ਨੂੰ ਪਾ ਵੇ ਤੁਸੀਂ ਕਰਮ ਯੋਗ ਵੀ ਹੋ ਮਹਾਨ ਹੋ ਵੀ ਹੋ ਤੇ ਮੈਂ ਤੁਹਾਡੇ ਪੈਰ ਕਿਉਂ ਘੁੱਟੂਗਾ ਛਾਨੋ ਕੋਲ ਮੈਂ ਪੈਰ ਘੁੱਟੇ ਕਹਿੰਦੇ ਬਸ ਬਸ ਮੈਂ ਦੇਖ ਲਿਆ ਲੋਕ ਇੱਕ ਜਾ ਤੇਰਾ ਕਲਿਆਣ ਹੋ ਜੂ ਉਸ ਮੋਟ ਤੁਹਾਡਾ ਹੱਥ ਹੈ ਨਹੀਂ ਕੀਤਾ ਰਾਪਿੰਗ ਹੋਇਆ ਗੁਲਾਬਾਂ ਦੀ ਗੁਲਾਬਾਂ ਦੀ ਖੁਸ਼ਬੂ ਮੈਂ ਆਪਣੀ ਸਾਰੀ ਦਿਨ ਲੈਣ ਦੇ ਗਈ ਗੁਲਾਬਾਂ ਦੇ ਵੀ ਹੈ ਗੁਰੂ ਜੀ ਜ਼ਿਆਦਾ ਨਹੀਂ ਹੋਈ ਭੋਲਾ ਤਾਤਾ ਬੋਲਾ ਵੀ ਜ਼ਿਆਦਾ ਨਹੀਂ ਸੱਤ ਦਿਨ ਉਹ ਖੁਸ਼ਬੂ ਆਉਂਦੀ ਹੈ ਮਾਇਲ ਬ੍ਰਿਟਿਕ ਫਿਰ ਇੱਕ ਹਾਰਡ ਰਾਮ ਹੈ ਜਦੋਂ ਰਸੀਮ ਲੱਖਾਂ ਕਰੋੜਾਂ ਕੰਨ ਕੇ ਸੁਣਾ ਦੋ ਔਰ ਤੁਹਾਨੂੰ ਆਏ ਦੱਸ ਦੇਣਾ ਦੇਖੋ ਉਹ ਕੁਝ ਨਾਲ ਪੇੜ ਫੜਨ ਨਾਲ ਖੇਤ ਉਗਜ ਨਾਲ ਤੇ ਇਨਸਾਨ ਆਪਣੇ ਕਰਮਾਂ ਨਾਲ ਹੁੰਦਾ ਜਦੋਂ ਮੈਂ ਉੱਥੇ ਜਾਂਦਾ ਛੋਟੇ ਮੰਦਰ ਮੈਂ ਵੇਖੋ ਛੋਟੇ ਮੰਦਰ ਜਾਂਦਾ ਉਹ 5000 ਸਾਲਾਂ ਹੁੰਦਾ ਕੁਛ ਬੁਰਾ ਕਹਿਣ ਵਾਲੇ ਕੁਛ ਭਲਾ ਕਹਿਣ ਵਾਲੇ ਅਸੀਂ ਉਹਦੇ ਵੈਲੂਏਸ਼ਨ ਸੀ ਸਮਰਪਿਤ ਸੀ ਉਸ ਤੋਂ ਬਾਅਦ ਮੈਂ 4 ਸਾਲ ਬਾਅਦ ਵੱਡੇ ਮੰਦਰ 1,00,000 ਮੰਦਰ ਮੰਦਰ ਕਿਵੇਂ ਆਉਂਦਾ ਸੀ ਅਮਾਨੀ ਦੀ ਉਮਰ ਦਾ ਹੋ ਸੀ ਉਹ ਮਸੂਸ ਸਿਸਟਮ ਤੋਂ ਮੈਨੇਜ ਕਰਨਾ ਹੁੰਦਾ ਸੀ 1,00,000 ਬੰਦਾ ਸੀ ਸਮੇਂ ਬੀਤਿਆ ਖਾਣੀਆਂ ਚੱਲਦੀਆਂ ਰਹੀਆਂ ਤੇ ਅੱਜ ਦੇਖੋ ਉਹਨਾਂ ਸੀ ਮਹਿਮਾਨ ਉਹਨਾਂ ਦੇ ਇੰਨੇ ਚੰਗੇ ਕੰਮ ਦੇਰ ਇਜ਼ ਨੋ ਪਰਮਨੈਂਟ ਨੇਮ ਐਂਡ ਫੇਮ ਦੈਨ ਦੀ ਨੈਵਰ ਟੂ ਹੈਪੀਨੈਸ ਟੂ ਮੈਨ ਥੈਂਕ ਜਿਸ ਨੂੰ ਤੁਸੀਂ ਖੁਸ਼ੀ ਦੇ ਰਹੇ ਹੋ ਇਹਦੇ ਦੁੱਖ ਹੱਕ ਲਓ ਇਹਦਾ ਬੋਝ ਚੱਕ ਲਓ ਮੈਂ ਪਤਾ ਕੀਤਾ ਕਿੰਨੇ ਲੋਕ ਆਏ ਹੁਣ ਜਾਂਦੇ ਸਾਹਮਣੇ ਹੀ ਹੈ।